ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡੀ ਮਾਨ ਸਿੰਘ ਅਕਾਲੀ ਜੀ, ਹਰਪ੍ਰੀਤ ਸਿੰਘ ਮੁੱਖ ਬੇਨਤੀ ਕਰ ਰਿਹਾ ਵਾਂ ਚੜ੍ਹਦੀ ਕਲਾ ਚੋ। ਭਾਈ ਠੀਕ ਠਾਕ, ਚੜ੍ਹਦੀ ਕਲਾ ਜੀ ਤਗੜੇ ਮਹਾਰਾਜ ਕਿਰਪਾ। ਅੱਛਾ, ਮੈਂ ਤਾਂ ਲੋਕ ਕਮੈਂਟ ਕਰ ਰਹੇ ਸੀ, ਉਹ ਕਹਿੰਦੇ ਵੀ ਚਲੋ ਕੁੱਲੜ ਪੀਜ਼ਾ ਵਾਲਿਆਂ ਦਾ ਵੀ ਸੋਹਣਾ ਨਿਬੜ ਗਿਆ। ਕਹਿੰਦੇ ਨੇ ਅੰਗ ਸਿੰਘਾਂ ਨੇ ਮੁੜ ਮੁੜ ਕੇ ਜਾ ਕੇ ਕਹਿੰਦੇ ਉਹਨਾਂ ਨੂੰ ਵੀ ਚਲੋ ਸਿਕਿਉਰਿਟੀ ਦਵਾਤੀ ਹੈ। ਇਹ ਗੱਲ ਤੁਹਾਡੇ ਪ੍ਰਤੀ ਇੱਕ ਨਵੀਂ ਨੈਗੇਟਿਵਿਟੀ ਆਈ ਹੈ, ਕਹਿੰਦੇ ਨਿਹੰਗ ਸਿੰਘਾਂ ਨੇ ਰੌਲਾ ਪਾ ਪਾ ਕੇ ਉਹਨਾਂ ਨੂੰ ਸਿਕਿਉਰਿਟੀ ਦਵਾਤੀ ਹੈ, ਤੇ ਕਹਿੰਦੇ ਹੁਣ ਜਦੋਂ ਸਿਕਿਉਰ ਹੋ ਗਏ ਹੈ ਤੇ ਅਗਲਾ ਆਪਣੇ ਕੰਮ ਵਾਲੇ ਪਾਸੇ ਜ਼ਿਆਦਾ ਧਿਆਨ ਦੇਵੇਗਾ, ਜਿਹੜਾ ਕੰਮ ਤੁਸੀਂ ਜਿਹਦਾ ਵਿਰੋਧ ਕਰਦੇ ਸੀ। ਕੀ ਕਹਿਣਾ ਤੁਹਾਡਾ? ਬਈ ਮੈਂ ਇਹ ਗੱਲ ਕਹਿਣਾ ਚਾਹੁੰਦਾ, ਫਿਰ ਕਮਲ ਕੌਰ ਨੂੰ ਵੀ ਸਿਕਿਉਰਿਟੀ ਦਵਾ ਦਿਓ, ਉਹ ਵੀ ਕਾਫੀ ਗੰਦ ਪਾਉਂਦੀ ਆ। ਫਿਰ ਇੱਕ ਜਸਮੀਤ ਆ ਖਰਿਆ, ਉਹ ਵੀ ਕੁੜੀ ਕਾਫੀ ਮਤਲਬ ਗੰਦ ਪਾਉਂਦੀ ਆ, ਪੂਰੇ ਆਪਣੇ ਲੀੜੇ ਲਾ ਦਿੰਦੀ ਆ, ਉਹਨੂੰ ਵੀ ਦਵਾ ਦਿਓ। ਫਿਰ ਹੋਰ ਵੀ ਕਈ ਏਦਾਂ ਦੀਆਂ ਜਿਹੜੀਆਂ ਸਾਰੇ ਕੱਪੜੇ ਲਾ ਕੇ ਵੀਡੀਓ ਵਾਇਰਲ ਕਰਦੀਆਂ, ਫਿਰ ਇਹਨਾਂ ਨੂੰ ਵੀ ਸਿਕਿਉਰਿਟੀ ਦਿਓ, ਤਾਂ ਜੋ ਵੱਧ ਤੋਂ ਵੱਧ ਗੰਦ ਪੰਜਾਬ ਚ ਪੈ ਸਕੇ ਤੇ ਵੱਧ ਤੋਂ ਵੱਧ ਸੱਤਿਆ ਨਾਸ਼ ਆਪਣੀ ਆਉਣ ਵਾਲੀ ਪੀੜ੍ਹੀ ਦਾ ਹੋ ਸਕੇ। ਵੇਖੋ, ਸ਼ਰਮ ਨੂੰ ਹੱਥ ਉਹ ਮਾਰਨ ਲੋਕ, ਸ਼ਰਮ ਉਹਨਾਂ ਨੂੰ ਹੋਣੀ ਚਾਹੀਦੀ ਆ, ਨਾ ਧਰਤੀ ਸਾਡੇ ਕੋਲ ਰਹੀ, ਧਰਤੀ ਅੱਜ ਦੇ ਸਮੇਂ ਚ ਫਸਲ ਉਪਜਾਊ ਕਰਨ ਦੇ ਯੋਗ ਨਹੀਂ ਰਹੀ। ਜਿੰਨਾ ਚਿਰ ਤੁਸੀਂ ਖਾਦ ਨੀ ਪਾਉਂਦੇ, ਦਵਾਈਆਂ ਨੀ ਪਾਉਂਦੇ, ਉਹਨਾਂ ਚਿਰ ਤੁਸੀਂ ਫਸਲ ਪੈਦਾ ਨੀ ਕਰ ਸਕਦੇ। ਪਾਣੀ ਸਾਡੇ ਜਿਹੜੇ ਆ ਆਰਓ ਤੋਂ ਬਿਨਾਂ ਵੀ ਪੀਣ ਜੋਗੇ ਨੀ ਰਹਿ ਗਏ, ਪਾਣੀ ਸਾਡੇ ਗੰਦਲੇ ਹੋ ਗਏ ਆ। ਠੀਕ ਆ, ਨਾ ਧਰਤੀ ਰਹੀ, ਨਾ ਪਾਣੀ ਰਹਿ, ਨਾ ਰਹੀਆਂ ਜਵਾਨੀਆਂ। ਅੱਜ ਜਵਾਨੀ ਕੋਈ ਨਸ਼ੇ ਚ ਗਲਤਾਨ ਹੋ ਗਿਆ, ਕੋਈ ਟੀਕੇ ਲਾ ਕੇ ਮਰ ਗਿਆ, ਕੋਈ ਫਾਹ ਲੈ ਕੇ ਮਰ ਗਿਆ, ਕੋਈ ਇੱਧਰ ਚਲਾ ਗਿਆ, ਕੋਈ ਉੱਧਰ ਚਲਾ ਗਿਆ। ਹੁਣ ਮੰਨ ਲਓ ਆਹ ਪੀੜ੍ਹੀ ਦਾ ਤਾਂ ਨਾਸ ਹੋ ਗਿਆ, ਕਮ ਸੇ ਕਮ ਜਿਹੜੀ ਨਵੀਂ ਜਨਰੇਸ਼ਨ ਪੈਦਾ ਹੋ ਰਹੀ, ਜਿਹੜੀ ਨਵੀਂ ਪੀੜ੍ਹੀ ਆ ਰਹੀ ਆ, ਉਹਨਾਂ ਵਾਸਤੇ ਤੇ ਕੁਝ ਕਰ ਲਈਏ ਆਪਾਂ ਕਿ ਨਹੀਂ ਕਰਨਾ? ਨਹੀਂ, ਹੁਣ ਸਿਕਿਉਰਿਟੀਆਂ ਦੇਣੀਆਂ ਤੇ ਉਹਨਾਂ ਨੂੰ ਦਿਓ ਜਿਹੜੇ ਧਰਮ ਦੇ ਕੋਈ ਕਾਰ ਕਰਦੇ ਆ। ਜਦੋਂ ਸਿਕਿਉਰਿਟੀ ਦੇਣ ਦਾ, ਜਦੋਂ ਸਿਕਿਉਰਿਟੀ ਦੇਣੀ ਚਾਹੀਦੀ ਉਦੋਂ ਸਿਕਿਉਰਿਟੀ ਦਿੱਤੀ ਨਹੀਂ। ਸਿੱਧੂ ਮੂਸੇ ਵਾਲਾ ਜਿਹੜਾ ਉਹਨੂੰ ਗੋਲੀਆਂ ਮਾਰ ਕੇ ਮਾਰਿਆ ਗਿਆ, ਉਦੋਂ ਸਿਕਿਉਰਿਟੀ ਕਿੱਥੇ ਗਈ ਸੀ? ਉਦੋਂ ਸਿਕਿਉਰਿਟੀ ਉਹਨੂੰ ਦੇਣੀ ਚਾਹੀਦੀ, ਉਦੋਂ ਸਿਕਿਉਰਿਟੀ ਦਿੱਤੀ ਨਹੀਂ। ਇਹ ਮੈਂ ਇਥੋਂ ਇਹ ਅੰਦਾਜ਼ਾ ਲਾਉਣਾ ਵੀ ਮਤਲਬ ਜਿਹੜੀ ਸਰਕਾਰ ਆ ਉਹ ਚਾਹੁੰਦੀ ਆ ਵੀ ਵੱਧ ਤੋਂ ਵੱਧ ਗੰਦ ਪਾਉਣ ਵਾਲਿਆਂ ਨੂੰ, ਮਤਲਬ ਜਿਹੜੇ ਇਹ ਅੱਜ ਉਹ ਜੇ ਲੁੱਕ ਛੁੱਪ ਕੇ ਫਿਲਮਾਂ ਬਣਾਉਂਦੇ, ਇਹਦਾ ਮਤਲਬ ਇਹ ਆ ਉਹਨਾਂ ਨੂੰ ਸਿਕਿਉਰਿਟੀ ਮਿਲੂਗੀ, ਸਰਕਾਰ ਸ਼ਹਿ ਦਊਗੀ। ਉਹ ਤੇ ਫਿਰ ਜਿਹੜਾ ਮਾੜਾ ਮੋਟਾ ਪੜਦਾ ਹੈਗਾ ਉਹ ਵੀ ਮਤਲਬ ਕਿ ਫਿਰ ਖੁੱਲ ਕੇ ਚੱਲਣਗੇ ਨਾ, ਇਹ ਫਿਰ ਸਿੱਧੇ ਦਾ ਸਿੱਧਾ ਨਿਸ਼ਾਨਾ ਇਹ ਬਣਦਾ। ਤੁਸੀਂ ਵੀ ਇੱਕ ਮੁੱਦਾ ਜਿਹੜਾ ਫੜੋ ਉਹ ਸਿਰੇ ਲਾ ਲਵੋ। ਤੁਸੀਂ ਵਿੱਚ ਹੀ ਮੈਂ ਨੇਹਾ ਕੱਕੜ ਨੂੰ ਵੀ ਕਰਦਾ ਪੁੱਛਣਾ ਚਾਹੁੰਦਾ ਜੀ, ਹੁਣ ਇਹਦੇ ਵੱਲ ਵੀ ਆਵਾਂਗਾ, ਉਹ ਬੱਲੂ ਰਾਮਗੜੀ ਜਾਣਾ ਉਧਰ ਵੀ ਆਵਾਂਗਾ, ਸੁਣ ਲਓ ਜੀ ਸੁਣ ਲਓ, ਹਨਾ, ਮੈਂ ਬੱਲੂ ਰਾਮਗੜੀ ਵਾਲੇ ਪਾਸੇ ਵੀ ਆਵਾਂਗਾ, ਮੈਂ ਦਲਜੀਤ ਦੋਸਾਂਝ ਵਾਲੇ ਪਾਸੇ ਵੀ ਆਵਾਂਗਾ। ਇਹਦਾ ਅਰਥ ਕਿਤੇ ਲੋਕ ਕਹਿੰਦੇ ਵੀ ਕਿਤੇ ਢਾਡੀ ਮਾਨ ਸਿੰਘ ਅਕਾਲੀ ਸਿਰਫ ਔਰ ਸਿਰਫ ਫੀਮ ਲੈਣ ਲਈ ਤਾਂ ਨਹੀਂ ਇਹ ਕੰਮ ਕਰਦਾ ਪਿਆ? ਬਹੁਤ ਵਧੀਆ ਗੱਲ, ਧੰਨਵਾਦ ਉਹਨਾਂ ਦਾ ਜਿਹੜੇ ਇਹੋ ਜਿਹੀਆਂ ਗੱਲਾਂ ਸੋਚਦੇ। ਫਿਰ ਉਹ ਕਿਉਂ ਨਹੀਂ ਫੇਮ ਲੈਂਦੇ? ਉਹ ਵੀ ਅੱਗੇ ਆ ਕੇ ਗੱਲ ਕਰਨਾ ਜਿਹੜੇ ਮੈਨੂੰ ਇਹ ਗੱਲ ਕਹਿੰਦੇ ਵੀ ਮੈਂ ਫੇਮ ਵਾਸਤੇ ਇਹ ਕੰਮ ਕੀਤਾ। ਜੇ ਫੇਮ ਹੀ ਲੈਣਾ ਤੇ ਫੇਮ ਤੇ ਮੈਂ ਪਹਿਲਾਂ ਤੁਹਾਡੀ ਹੈਗੀ, ਮੈਨੂੰ ਜਾਣਦੇ ਹੀ ਆ ਲੋਕ, ਐਡੀ ਕਿਹੜੀ ਗੱਲ ਆ। ਬਾਹਰਲੇ ਮੁਲਕਾਂ ਚ ਵੀ ਗਏ ਆ, ਇੱਥੇ ਵੀ ਆ, ਇੱਥੇ ਜਿਹੜੇ ਭਾਰਤ ਦੇ ਵਿੱਚ ਵੀ ਮੈਂ ਕੋਨੇ ਕੋਨੇ ਜਾਣਾ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨ ਵਾਸਤੇ, ਵੀ ਮੈਨੂੰ ਆਪਣੀ ਛਵੀ ਬਣਾਉਣ ਦੀ ਲੋੜ ਹੀ ਕੋਈ ਨੀ, ਮੇਰੀ ਤਾਂ ਛਵੀ ਬਣੀ ਆ। ਮੈਂ ਸਿਰਫ ਆਪਣੀ ਜਿਹੜੀ ਆਉਣ ਵਾਲੀ ਪੀੜ੍ਹੀ ਆ ਉਹਨਾਂ ਵਾਸਤੇ ਇਹ ਚਾਹੁੰਦਾ ਵੀ ਕਮ ਸੇ ਕਮ ਪੰਜਾਬ ਸਾਫ਼ ਸੁਥਰਾ ਹੋਵੇ। ਪਾਣੀ ਗੰਦਾ ਹੋ ਗਿਆ, ਫਿਲਟਰ ਲਾ ਲਏ ਆ, ਧਰਤੀ ਨਹੀਂ ਪੈਦਾ ਕਰਨ ਜੋਗੀ ਰਹੀ। ਆਪਾਂ ਦਵਾਈਆਂ ਪਾ ਕੇ ਖਾਦ ਪਾ ਕੇ ਉੱਤੇ ਫਸਲ ਪੈਦਾ ਕਰ ਰਹੇ ਹਾਂ, ਫਿਰ ਤੁਸੀਂ ਕੀ ਚਾਹੁੰਦੇ ਆ ਆਉਣ ਵਾਲੇ ਸਮੇਂ ਦੇ ਵਿੱਚ? ਜਿਹੜੀਆਂ ਗੱਲਾਂ ਬਈ ਇਹ ਕਰਦੇ ਆ ਵੀ ਮਤਲਬ ਸਰਦਾਰਾਂ ਦੇ ਘਰਾਂ 'ਚ ਸਾਡੇ ਬੱਚੇ ਖੇਡਦੇ ਆ, ਤੁਸੀਂ ਕੀ ਚਾਹੁੰਦੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਬਿਹਾਰੀਆਂ ਦੇ ਬੱਚੇ ਖੇਡਣ? ਜੇ ਅਸੀਂ ਇਹ ਆਵਾਜ਼ ਚੁੱਕ ਰਹੇ ਹਾਂ, ਅਸੀਂ ਇਹ ਗੱਲ ਕਰਦੇ ਪਏ ਹਾਂ ਵੀ ਪੰਜਾਬ ਦੇ ਵਿੱਚ ਕਿੱਦਾਂ ਦਾ ਮਾਹੌਲ ਨਾ ਬਣਾਓ ਕਿ ਸਮੇਂ ਤੋਂ ਪਹਿਲਾਂ ਫੁੱਲ ਮੁਰਝਾ ਜੇ। ਮੈਂ ਤੁਹਾਡੀ ਗੱਲ ਨਾਲ ਐਗਰੀ ਹਾਂ, ਪਰ ਤੁਹਾਡੇ ਵਿਰੋਧ ਕਰਨ ਤੋਂ ਬਾਅਦ ਉਹਨਾਂ ਨੂੰ ਸਿਕਿਉਰਿਟੀ ਮਿਲ ਗਈ ਹੈ ਤੇ ਲੋਕ ਹੁਣ ਹੈਰਾਨ ਹੋ ਕੇ, ਕੁਝ ਲੋਕ ਕਹਿ ਰਹੇ ਕਹਿੰਦੇ ਚਲੋ ਨਿਹੰਗ ਸਿੰਘਾਂ ਦਾ ਵੀ ਵਧੀਆ ਨਿਬੜ ਗਿਆ, ਕਹਿੰਦੇ ਉਹਨਾਂ ਨੂੰ ਸਿਕਿਉਰਿਟੀ ਦਵਾਤੀ ਹੈ। ਨਹੀਂ ਵੇਖੋ, ਮੇਰੀ ਗੱਲ ਸੁਣੋ ਇੱਕ, ਇਹ ਮਤਲਬ ਕਿ ਸਰਕਾਰ ਨੇ ਤੈਅ ਕਰਨਾ। ਵੇਖੋ, ਉਹਨਾਂ ਨੇ ਸਾਡੀ ਵੀ ਪਟੀਸ਼ਨ ਪਈ ਹੈ ਨਾ, ਅਸੀਂ ਜਾ ਰਹੇ ਜਿਵੇਂ ਕਿ ਸਾਨੂੰ ਉਹਨਾਂ ਨੇ ਉੱਥੇ ਸੱਦਿਆ ਵਾ, ਤੇ ਜਦੋਂ ਸੰਮਣ ਆਉਣਗੇ ਅਸੀਂ ਜਾਵਾਂਗੇ, ਕਿਉਂਕਿ ਅਸੀਂ ਭੱਜਣ ਵਾਲੇ ਥੋੜਾ ਵਾ। ਅਸੀਂ ਜਿਹੜੀ ਗੱਲ ਕੀਤੀ ਅਸੀਂ ਆਪਣੀ ਗੱਲ ਤੇ ਪਹਿਰਾ ਦੇ ਰਹੇ ਹਾਂ। ਅਸੀਂ ਅੱਜ ਵੀ ਕਹਿ ਰਹੇ ਹਾਂ ਕਿ ਸਿਰ ਦੇ ਉੱਤੇ ਪੱਗਾਂ ਬੰਨ ਕੇ ਨੀਲੀਆਂ ਫਿਲਮਾਂ ਨਾ ਬਣਾਓ, ਵੀ ਜੇ ਤੁਸੀਂ ਨੀਲੀਆਂ ਫਿਲਮਾਂ ਬਣਾਉਣੀਆਂ ਤੇ ਪੱਗ ਲਾ ਕੇ ਰਾਜ ਦਿਓ। ਇਹਦੇ 'ਚ ਗਲਤ ਕੀ ਆ? ਇਹ ਤਾਂ ਲੋਕਾਂ ਦੀ ਸੋਚਣ ਸ਼ਕਤੀ ਹੁਣ ਗਲਤ ਹੋ ਚੁੱਕੀ ਆ। ਵੇਖੋ, ਹੁਣ ਮੰਨ ਲਓ ਮੈਂ ਬਾਣਾ ਪਾਇਆ, ਜੇ ਮੈਂ ਬਾਣਾ ਪਾ ਕੇ ਸ਼ਰਾਬ ਪੀਂਦਾ, ਜੇ ਮੈਂ ਜਾ ਕੇ ਖਾਤੇ ਦੇ ਖਲੋ ਕੇ ਬੋਤਲ ਲੈ ਰਿਹਾ, ਜਾਂ ਮੈਨੂੰ ਕੋਈ ਬੰਦਾ ਮੇਰੀ ਵੀਡੀਓ ਬਣਾ ਰਿਹਾ, ਹੁਣ ਕਈ ਚਿੱਟਾ ਲਾ ਰਿਹਾ, ਕਈ ਹੁਣ ਸਿਗਰਟਾਂ ਪੀਂਦੇ ਆ, ਉਹਨਾਂ ਦੀਆਂ ਵੀਡੀਓ ਜਦੋਂ ਇੱਕ ਬੰਦੇ ਇੱਕ ਸਿੱਖ ਦੀ ਗਲਤੀ ਦੇ ਕਾਰਨ ਕਰੋੜਾਂ ਸਿੱਖਾਂ ਦੇ ਮੱਥੇ ਦੇ ਦਾਗ ਲੱਗਦਾ ਕਿ ਨਹੀਂ ਲੱਗਦਾ? ਇੱਕ ਸਿੱਖ ਦੀ ਵੀਡੀਓ ਵਾਇਰਲ ਹੁੰਦੀ ਆ ਵੀ ਆਹ ਬੰਦਾ ਫਲਾਨਾ ਬੰਦਾ ਜੀ, ਕਿਹੜਾ ਜੀ? ਹਾਂਜੀ, ਉਹ ਫਲਾਨਾ ਸਿੱਖ ਆ ਜੀ, ਉਹ ਸਿੱਖਾਂ ਦੀ ਵੀਡੀਓ ਨੀਲੀ ਵਾਇਰਲ ਹੋਈ ਆ। ਉਹ ਸਿੱਖ ਦਾ ਨਾਂ ਨਹੀਂ ਆਉਂਦਾ, ਸਿੱਖਾਂ ਦੀ ਵੀਡੀਓ ਆਉਂਦੀ ਆ। ਨਹੀਂ, ਇੱਕ ਗੱਲ ਦੱਸੋ ਮੈਨੂੰ, ਪੰਜਾਬ ਦੇ ਵਿੱਚ ਹੋਰ ਮੁੱਦੇ ਥੋੜੇ ਨੇ? ਸ਼ਰੇਆਮ ਨੌਜਵਾਨ ਬੱਚਾ ਗੋਲੀਆਂ ਮਾਰ ਕੇ ਮਾਰ ਦਿੱਤਾ,
ਉਸ ਤੋਂ ਬਾਅਦ ਇੱਕ ਨਵੀਂ ਲਿਸਟ ਬਣਨ ਦੀਆਂ ਗੱਲਾਂ ਚੱਲਦੀਆਂ ਪਈਆਂ ਨੇ, ਜਿਹਦੇ ਵਿੱਚ ਤੁਹਾਡਾ ਵੀ ਨਾਮ ਆਇਆ, ਜਿਹਦੇ ਵਿੱਚ ਮੇਰਾ ਨਾਮ ਵੀ ਆਇਆ, ਜਿਹਦੇ ਵਿੱਚ ਹੋਰਾਂ ਦਾ ਨਾਮ ਵੀ ਆਏ ਨੇ। ਪ੍ਰਵਾਸ ਪੰਜਾਬ ਦੇ ਵਿੱਚ ਬਥੇਰਾ ਹੋ ਰਿਹਾ, ਕੀ ਕਰਨ ਪੰਜਾਬ ਦੇ ਹੋਰ ਮੁੱਦੇ ਮੁੱਕੇ ਨੇ ਵੀ, ਇੱਕ ਕੁੱਲੜ ਪੀਜ਼ਾ ਹੀ ਪੰਜਾਬ ਦਾ ਮੁੱਦਾ ਰਹਿ ਗਿਆ ਬਹੁਤ ਵੱਡਾ। ਮੈਂ ਕਿਹਾ ਬਾਕੀ ਮੁੱਦੇ ਜਿਹੜੇ ਨਾ, ਜਿਵੇਂ ਕਿ ਹੁਣ ਬਾਬਿਆਂ ਵਾਲਾ ਜਿਹੜਾ ਵਾ ਉਹ ਵੱਖਰਾ ਕਿਸੇ ਨੇ ਸਾਂਭਿਆ ਵਾ, ਜਿਹੜਾ ਹੁਣ ਜਿਹੜਾ ਅੱਜ ਦਾ ਪਾਣੀਆਂ ਵਾਲੇ ਮੁੱਦੇ ਆਏ ਤੁਸੀਂ ਸਾਂਭ ਲਓ, ਬਾਕੀ ਜਿਹੜਾ ਅਸੀਂ ਜਿਹੜਾ ਇਹੋ ਜਿਹਾ ਗੰਦ ਜਿਹੜਾ ਪਾ ਰਹੇ ਯੂਟਿਊਬ ਰਾ, ਇਹਨਾਂ ਨੂੰ ਅਸੀਂ ਸਾਂਭ ਲੈਣਾ ਆਪੇ, ਬਾਕੀ ਬਾਬਾ ਸੁੱਖ ਰੱਖੇ। ਤੇ ਬਾਕੀ ਬਈ ਵੇਖੋ, ਜਿਹੜੇ 20 ਬੰਦਿਆਂ ਵਾਲੀ ਜਾਂ 30 ਬੰਦਿਆਂ ਵਾਲੀ ਗੱਲ ਨਾ, ਵੇਖੋ ਕੋਈ ਗੱਲ ਨੀ, ਮਹਾਰਾਜ ਦੀ ਬਾਣੀ ਕਹਿੰਦੀ ਆ, ਜਿਸ ਰਾਖਿਆ ਤਿਸ ਕੋਏ ਨਾ ਮਾਰਿਆ, ਸੋ ਮੂਆ ਜਿਸ ਮਨੋਂ ਵਸਾਰਿਆ। ਗੱਲ ਇਹ ਆ ਵੀ ਜੇ ਮੇਰਾ ਮਰਨਾ ਤੈਅ ਆ ਤੇ ਮੈਨੂੰ ਕੋਈ ਦੁਨੀਆਂ ਦੀ ਕੋਈ ਤਾਕਤ ਬਚਾ ਨੀ ਸਕਦੀ, ਤੇ ਜੇ ਮੇਰਾ ਜੀਣਾ ਲਿਖਿਆ ਤੇ ਭਾਵੇਂ ਦੁਨੀਆਂ ਦੇ ਤਖ਼ਤੇ ਤੇ ਜਿੱਡਾ ਮਰਜ਼ੀ ਆਪਣੇ ਆਪ ਨੂੰ ਕੋਈ ਵੱਡੇ ਤੋਂ ਵੱਡਾ ਸਮਝਦਾ ਹੋਵੇ, ਉਹ ਮੈਨੂੰ ਕੁਝ ਵੀ ਨੀ ਮੇਰਾ ਵਿਗਾੜ ਸਕਦਾ, ਕਿਉਂਕਿ ਅਸੀਂ ਬਾਂਹ ਗੁਰੂ ਨਾਨਕ ਸਾਹਿਬ ਦੀ ਫੜੀ ਆ ਤੇ ਗੁਰੂ ਨਾਨਕ ਸਾਹਿਬ ਨੇ ਸਾਨੂੰ ਬਾਂਹ ਫੜ ਕੇ ਤੁਰਨਾ ਸਿਖਾਇਆ। ਪਰ ਗੱਲ ਇਹ ਆ ਵੀ ਬਾਂਹ ਜਦੋਂ ਇੱਕ ਦੀ ਫੜ ਲਈਏ ਫਿਰ ਇਹਨਾਂ ਚੀਜ਼ਾਂ ਬਾਰੇ ਨੀ ਸੋਚੀਦਾ, ਹੁਣ ਉਹ ਬੂਟੇ ਲੱਗੇ ਐਵੇਂ ਚਵਲਾ ਮਾਰੀ ਜਾਂਦੇ ਆ ਕਿ ਅੰਮ੍ਰਿਤਪਾਲ ਨੂੰ ਫਾਂਸੀ ਲਾ ਦੇ, ਉਹ ਕਰ ਦੋ, ਇਹੋ ਜਿਹੇ ਦੱਲੇ ਬੰਦੇ ਜਿਹੜੇ ਆ ਇਹ ਪੰਜਾਬ ਦਾ ਮਾਹੌਲ ਖਰਾਬ ਕਰਦੇ, ਇਹੋ ਜਿਹੇ ਬੰਦਿਆਂ ਤੋਂ ਬਚਣਾ ਚਾਹੀਦਾ। ਮੈਂ ਸਾਰਿਆਂ ਨੂੰ ਬੇਨਤੀ ਕਰਦਾ, ਵੇਖੋ ਫਾਂਸੀ ਲਾਉਣੀ ਉਹਨੇ ਕਿ ਪੰਜਾਬ ਦੇ ਦੰਗੇ ਕਰਾਏ ਆ, ਠੀਕ ਆ ਬਈ ਉਹਦਾ ਨਾਂ ਲੱਗਦਾ ਪਿਆ, ਨਾਂ ਲੈਣ ਨੂੰ ਹੁਣ ਲੋਕ ਮੈਨੂੰ ਵੀ ਕਹੀ ਜਾਂਦੇ ਸਰਕਾਰੀ ਆ, ਇਹ ਟਾਊਟ ਆ ਜੀ, ਫਲਾਨਾ ਵਾ, ਢੀਗੜਾ ਵਾ, ਸਾਬਤ ਤੇ ਕਰੋ ਅਗਲੇ ਨੂੰ ਜੀ ਜੀ, ਜਿੰਨਾ ਚਿਰ ਆਪਾਂ ਸਾਬਤ ਨੀ ਕਰਦੇ। ਵੇਖੋ ਗੱਲ ਇਹ ਆ ਵੀ ਜਿਸ ਬੰਦੇ ਦਾ ਨਾਂ ਲੈ ਨਾਂ ਲੈ ਰਹੇ ਆ, ਉਹ ਚੀਜ਼ ਦੇ ਉੱਤੇ ਜਦੋਂ ਉਹਨੇ ਆਪਣਾ ਪਤਾ ਨੀ ਕੀ ਨਾਂ ਦਾ ਵੀਰ ਦਾ ਗੈਂਗਸਟਰ ਜਿਹੜਾ ਅਰਸ਼ ਡੱਲਾ, ਉਹਨੇ ਚੀਜ਼ ਤੋਂ ਕਿਹਾ ਹਨਾ, ਉਹਨੇ ਚੀਜ਼ ਤੇ ਦਾਅਵਾ ਕੀਤਾ ਵੀ ਹਾਂ ਵੀ ਮੈਂ ਆਪਣੀ ਜ਼ਬਾਨ ਨਾਲ ਕਬੂਲ ਕਰਦਾ ਪਿਆ ਵਾ ਵੀ ਇਹ ਕੰਮ ਮੈਂ ਕੀਤਾ, ਸਾਡੀ ਗਾਲੀ ਗਲੋਚ ਹੋਇਆ, ਸਾਡੀ ਆਪਸੀ ਲੜਾਈ ਹੋਈ ਜਿਹਦੇ ਕਾਰਨ ਸਾਡੀ ਲੜਾਈ ਹੋਈ ਆ, ਠੀਕ ਆ। ਉਹਨੇ ਮੈਨੂੰ ਮਾਂ ਭੈਣ ਦੀਆਂ ਗਾਲਾਂ ਕੱਢੀਆਂ ਤੇ ਮੈਂ ਉਹਨੂੰ ਉਸ ਕਿਹਾ ਵੀ ਗੱਲ ਇੱਦਾਂ ਵੀ ਵੀਰਿਆ ਤੂੰ ਮੈਨੂੰ ਗਾਲਾਂ ਦਿੱਤੀਆਂ ਕੱਢ, ਮੈਂ ਉਹਦੀ ਆਡੀਓ 4-5 ਵਾਰੀ ਐਨ ਬਰੀਕੀ ਨਾਲ ਸੁਣੀ ਵੀ ਕਾਰਨ ਕੀ ਬਣਿਆ। ਉਹ ਕਹਿੰਦਾ ਮਾਂ ਭੈਣ ਦੀਆਂ ਗਾਲਾਂ ਕੱਢੀਆਂ, ਮੈਂ ਉਹਨੂੰ ਉੱਧਰ ਹੀ ਕਹਿਤਾ ਵੀ ਬਾਈ ਹੁਣ ਤੂੰ ਆਪਣਾ ਬਚਾਅ ਕਰ ਲਈ ਵੀ ਆਪਾਂ ਤੈਨੂੰ ਠੋਕਣਾ, ਠੀਕ ਆ। ਹੁਣ ਰਹਿ ਗਈ ਗੱਲ ਯਾਰ ਆ ਬੂਟੇ ਦੇ ਬੰਦੇ ਜਿਹਨਾਂ ਨੂੰ ਕੋਈ, ਮੈਂ ਕਹਿੰਦਾ ਯਾਰ ਕੁੱਤੇ ਨੂੰ ਢੀਮ ਨੀ ਮਾਰੀ, ਇਹਨਾਂ ਨੂੰ ਕਾਹਦੀ ਜਾਨ ਦਾ ਖਤਰਾ ਹੋ ਗਿਆ, ਇਹ ਸਿਰਫ ਇੱਕ ਸਿਕਿਉਰਿਟੀ ਕ੍ਰੀਏਟ ਕਰਨ ਵਾਸਤੇ ਇਹ ਕਹਿ ਰਿਹਾ ਵੀ ਮੇਰਾ ਵੀ ਨਾਂ ਗਿਆਨੀ ਜੀ ਹੁਣਾਂ ਦਾ ਨਾਂ ਲਿਖਿਆ ਗਿਆ। ਵੇਖੋ ਜੀ ਇਹੋ ਜਿਹੇ ਚਵਲ ਬੰਦਿਆਂ ਦੇ ਮਗਰ ਲੱਗ ਕੇ ਪੰਜਾਬ ਦਾ ਮਾਹੌਲ ਨਾ ਖਰਾਬ ਕਰੋ। ਮੈਂ ਤੇ ਪ੍ਰਸ਼ਾਸਨ ਨੂੰ ਇਹ ਗੱਲ ਕਹਿੰਦਾ ਵੀ ਇਹੋ ਜਿਹੇ ਬੰਦਿਆਂ ਨੂੰ ਨੱਥ ਪਾਓ, ਸਾਨੂੰ ਨਾ ਕੁਝ ਕਹਿਣਾ ਪਵੇ। ਫਿਰ ਵੇਖੋ ਜਿਹੜਾ ਇਹ ਬੰਦਾ ਕੌਣ ਹੁੰਦਾ ਵੀ ਕਿਸੇ ਨੂੰ ਇਹ ਗੱਲ ਕਹਿਣ ਵਾਲਾ ਕਿ ਹਾਂ ਵੀ ਉਹਨੂੰ ਫਾਂਸੀ ਲਾ ਦਿਓ, ਠੀਕ ਆ ਆਪਣੀਆਂ ਵਿਚਾਰਾਂ ਨਹੀਂ ਰਲਦੀਆਂ। ਲੇਕਿਨ ਮੱਖੂ ਸਾਹਿਬ ਸਾਨੂੰ ਕਿਸੇ ਨੇ ਅਧਿਕਾਰ ਨਹੀਂ ਦਿੱਤਾ ਵੀ ਅਸੀਂ ਸਰਕਾਰ ਨੂੰ ਇਹ ਕਹੀਏ ਵੀ ਸਾਡੇ ਆਖਿਆ ਫਾਂਸੀ ਲਾ ਦੇ, ਸਰਕਾਰ ਕਿੱਦਾਂ ਫਾਂਸੀ ਲਾ ਦੂਗੀ ਦੱਸੋ ਮੈਨੂੰ। ਜੀ 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 ਜੀ, ਇਹ ਸਿਰਫ ਤੇ ਸਿਰਫ ਇੱਕ ਭੜਕਾਊ ਭਾਸ਼ਣ ਦੇ ਕੇ ਸਿਕਿਉਰਿਟੀ ਲੈਣ ਵਾਸਤੇ ਬੂਟੇ ਵਰਗੇ ਰੌਲਾ ਪਾਉਂਦੇ ਆ। ਬੂਟੇ ਵਰਗੀਆਂ ਖੱਚ ਬੰਦਿਆਂ ਦੇ ਮੈਂ ਬੋਲਣਾ ਨਹੀਂ ਚਾਹੁੰਦਾ ਸੀ, ਲੇਕਿਨ ਮੈਂ ਵੀਡੀਓ ਜਦੋਂ ਵੇਖੀ ਨਾ, ਉਹਦੇ ਚ ਨੇ ਵਾਰ ਇੱਕੋ ਗੱਲ ਕਰਨ ਤੋਂ ਬਾਅਦ ਕਹਿੰਦਾ ਜੀ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਅੰਮ੍ਰਿਤਪਾਲ ਦੇ ਟੱਪਰ ਨੂੰ ਚੁੱਕ ਕੇ ਅੰਦਰ ਕਰੋ ਤੇ ਅੰਮ੍ਰਿਤਪਾਲ ਨੂੰ ਫਾਂਸੀ ਲਾ ਦਿਓ, ਹਨਾ। ਮੰਨ ਲਓ ਯਾਰ ਬਘੇਲੇ ਨਾਲ ਨਹੀਂ ਵਿਚਾਰਾਂ ਰਲਦੀਆਂ ਨਾ ਰਲਣ, ਅੰਮ੍ਰਿਤਪਾਲ ਨਾਲ ਨਹੀਂ ਰਲਦੀਆਂ ਨਾ ਰਲਣ, ਲੇਕਿਨ ਸਾਨੂੰ ਕਿਹਨੇ ਅਧਿਕਾਰ ਦਿੱਤਾ ਵੀ ਅਸੀਂ ਇਹ ਗੱਲ ਕਹੀਏ ਪ੍ਰਸ਼ਾਸਨ ਨੂੰ, ਠੀਕ ਆ ਯਾਰ। ਸਾਨੂੰ ਜਦੋਂ ਸਾਡੇ ਤੇ ਕੋਈ ਆਊਗਾ ਅਸੀਂ ਆਪੇ ਪਤਾ ਲੱਗ ਜਾਣਾ, ਰਿਜ਼ਲਟ ਨਿਕਲ ਜਾਣਾ। ਇਹ ਗੱਲ ਤੇ ਅਰਸ਼ ਡਾਲਾ ਦੇ ਉੱਪਰ ਵੀ ਲਾਗੂ ਹੁੰਦੀ ਹੈ, ਜਿਵੇਂ ਤੁਸੀਂ ਦੱਸਿਆ ਵੀ ਜੇ ਵਿਚਾਰ ਨਹੀਂ ਮਿਲਦੇ ਜਾਂ ਕਿਤੇ ਮੂੰਹ ਮਲਾਜਾ ਹੋ ਜਾਂਦਾ ਆ ਤੇ ਇਹਦਾ ਤੁਸੀਂ ਕਿਹਾ ਵੀ ਇਹਦਾ ਇਹ ਥੋੜਾ ਕਹਿ ਦੇਣੀ। ਪਰ ਜੇ ਮੰਨ ਲਓ ਗਾਲੀ ਗਲੋਚ ਹੋ ਗਿਆ ਤਾਂ ਗਾਲੀ ਗਲੋਚ ਦਾ ਅਰਥ ਕਿਸੇ ਦੀ ਜਾਨ ਲੈ ਲੈਣੀ ਥੋੜਾ ਹੁੰਦੀ ਹੈ। ਮੇਰੀ ਗੱਲ ਸੁਣੋ, ਜਿਹੜੇ ਬੰਦੇ ਇੱਕ ਗੱਲ ਸੁਣੋ, ਜਿਹੜੇ ਆਪਣਾ ਘਰ ਬਾਰ ਤੇ ਆ ਕੇ ਤੁਰ ਪੈਂਦੇ ਨਾ, ਇੱਕ ਮੇਰੀ ਗੱਲ ਸੁਣ ਲਿਓ, ਨਾ ਤੇ ਉਹ ਕਿਸੇ ਦੀ ਗੱਲ ਸੁਣਦੇ ਜੇ ਤੇ ਨਾ ਉਹਨਾਂ ਸੁਣਨੀ ਜੇ, ਠੀਕ ਆ। ਮੈਂ ਕੋਈ ਉਹਦੇ ਨਾਲ ਕੋਈ ਬੁਰਕੀ ਨੀ ਸਾਂਝੀ, ਨਾ ਕਦੀ ਮੈਂ ਉਹਨੂੰ ਮਿਲਿਆ, ਨਾ ਕਦੀ ਮੇਰੀ ਉਹਨਾਂ ਗੱਲ ਹੀ ਹੋਈ। ਲੇਕਿਨ ਬੰਦਾ 2 ਮਿੰਟ ਚ ਆਪਾਂ ਗੱਲ ਕਰਨ ਤੋਂ ਅੰਦਾਜ਼ ਲਾ ਲੈਂਦੇ ਕਿ ਬੰਦਾ ਕਿਸੇ ਨਾ ਕਿਸੇ ਕਾਰਨ ਕੋਈ ਨਾ ਕੋਈ ਮਜਬੂਰੀ ਇਹੋ ਜਿਹੀ ਬਣੀ ਹੋਊਗੀ ਜਿਹਦੇ ਕਾਰਨ ਕਿ ਉਹਨੂੰ ਇਸ ਰਾਹ ਤੇ ਤੁਰਨਾ ਪੈ ਗਿਆ। ਬਿਲਕੁਲ, ਜੇ ਇਸ ਰਾਹ ਤੇ ਵੀ ਮਤਲਬ ਅਗਲਾ ਬੰਦਾ ਇਹ ਸੋਚਦਾ ਯਾਰ ਘਰੋਂ ਤੇ ਬੇਕਾਰ ਹੋ ਹੀ ਗਏ ਆ, ਅਸੀਂ ਜੇ ਮਤਲਬ ਜਦੋਂ ਜੇਲ੍ਹਾਂ ਵੇਖ ਲਈਆਂ ਸਾਰਾ ਕੁਛ ਅਸੀਂ ਕਰੀ ਜਾਂਦੇ ਤੇ ਫਿਰ ਵੀ ਜੇ ਇਹ ਗੱਲਾਂ ਅਸੀਂ ਸੁਣਨੀਆਂ ਤੇ ਸਾਡਾ ਕੀ ਫਾਇਦਾ, ਹਨਾ। ਵੇਖ ਪਹਿਲੀ ਗੱਲ ਸਿੱਖ ਹੋਵੇ, ਵੇਖੋ ਮੱਖੂ ਸਾਹਿਬ ਭਾਵੇਂ ਤੁਸੀਂ ਹੋ ਭਾਵੇਂ ਮੈਂ ਵਾਂ, ਜਦੋਂ ਅਗਲਾ ਬੰਦਾ ਸਾਨੂੰ ਫੋਨ ਕਰ ਰਿਹਾ ਸਾਡੇ ਨਾਲ ਗੱਲਬਾਤ ਕਰ ਰਿਹਾ, ਸਾਨੂੰ ਪਹਿਲ ਦੇ ਆਧਾਰ ਤੇ ਇਹ ਗੱਲ ਕਰਨੀ ਚਾਹੀਦੀ ਆ ਵੀ ਹਾਂ ਜੇ ਸਾਨੂੰ ਇਹ ਗੱਲ ਕਹਿ ਰਿਹਾ ਵੀ ਬਾਈ ਫਲਾਣੇ ਬੰਦੇ ਤੁਸੀਂ ਮੈਨੂੰ ਫੋਨ ਕਰਦੇ ਆ, ਤੁਸੀਂ ਮੈਨੂੰ ਕਹਿੰਦੇ ਵੀ ਗੱਲ ਇੱਦਾਂ ਮਾਨ ਸਿੰਘ ਜੀ ਆਹ ਜਿਹੜੀ ਤੁਸੀਂ ਫੋਟੋ ਪਾਈ ਆ ਇਹਨੂੰ ਆਪਾਂ ਨਾ ਪਾਈਏ, ਇਹਦੇ ਨਾਲ ਕੀ ਆ ਵੀ ਕਿਸੇ ਪਰਿਵਾਰ ਦੀ ਛਵੀ ਖਰਾਬ ਹੁੰਦੀ, ਕਿਸੇ ਦੇ ਪਰਿਵਾਰ ਦੀ ਬਰਬਾਦੀ ਹੁੰਦੀ ਆ, ਤੇ ਮੇਰੇ ਤੇ ਸਿਆਣਪੇ ਆ ਵੀ ਮੈਂ ਗੱਲ ਇਹ ਵੀ ਸੋਚਾਂ ਵੀ ਮੱਖੂ ਸਾਹਿਬ ਗੱਲ ਤੇ ਤੁਹਾਡੀ ਸੱਚੀ ਆ, ਜੇ ਕਿਸੇ ਦੇ ਪਰਿਵਾਰ ਦੀ ਬਰਬਾਦੀ ਹੁੰਦੀ ਤੇ ਪਰਿਵਾਰ ਨੂੰ ਬਚਾਉਣਾ ਸਾਡਾ ਧਰਮ ਤੇ ਕਰਮ ਇਹ ਕਹਿੰਦਾ ਵਾ, ਨਾ ਕਿ ਇਹ ਸਾਡਾ ਕਹਿੰਦਾ ਵੀ ਅਸੀਂ ਉਲਟਾ ਮੈਂ ਮੱਖੂ ਨੂੰ ਗਾਲਾਂ ਕੱਢਾਂ ਵੀ ਮੈਂ ਤੇ ਆਹ ਕੰਮ ਕਰਨਾ ਕਰਨਾ ਤੂੰ ਡਾਕੇ ਵਿਖਾ ਦੇ, ਕੁਝ ਹੱਦਾਂ ਬਈ ਵੇਖੋ ਮੇਰੀ ਗੱਲ।
ਠੀਕ ਆ, ਧਾਰਮਿਕ ਖੇਤਰ ਦਾ ਬੰਦਾ 100 ਵਾਰੀ ਕਿਸੇ ਤੇ ਧਾਵਾ ਬੋਲਣ ਤੋਂ ਪਹਿਲਾਂ ਸੋਚਦਾ ਵਾ, ਲੇਕਿਨ ਜੀ ਜਿਹੜੇ ਧਾਰਮਿਕ ਖੇਤਰ ਤੋਂ ਬੰਦੇ ਬਾਹਰ ਆ ਉਹਨਾਂ ਨੂੰ ਇਹ ਚੀਜ਼ ਦਾ ਕੋਈ ਮਤਲਬ ਨਹੀਂ ਹੁੰਦਾ ਵੀ ਇਹ ਸਿੱਖ ਆ ਜਾਂ ਗੈਰ ਸਿੱਖ ਆ, ਉਹਨਾਂ ਨੂੰ ਇਹ ਹੁੰਦਾ ਵੀ ਸਾਡੀ ਅਣਖ ਨੂੰ ਮੰਗਾ ਰਿਹਾ ਜੀ ਬਿਲਕੁਲ ਜੀ, ਦਿਲ ਦੀਆਂ ਕਹਿ ਰਹੀਆਂ ਤੋਂ ਤੁਹਾਡਾ ਧੰਨਵਾਦ ਹੀ ਆ। ਮੈਂ ਚਾਹਾਂਗਾ ਵੀ ਜਿੱਥੇ ਤੁਹਾਡੀ ਹੁਣ ਇਸ ਵੇਲੇ ਲੋਕਾਂ ਦੇ ਵਿੱਚ ਕਾਫੀ ਅੱਛੀ ਬਣੀ ਹੈ, ਮੁੱਦੇ ਕਾਫੀ ਹੱਲ ਕਰ ਦਿਓ। ਮੈਂ ਚਾਹਾਂਗਾ ਵੀ ਕੁੱਲੜ ਪੀਜੇ ਦੇ ਮੁੱਦੇ ਦੇ ਨਾਲ ਨਾਲ ਨਾ ਕੁਝ ਹੋਰ ਵੀ ਜਿਹੜੇ ਮੁੱਦੇ ਕੁੱਲੜ ਨੇ। ਪੀਜੇ ਨੂੰ ਮੈਂ ਸਾਰਿਆਂ ਨੂੰ ਬੇਨਤੀ ਕਰਦਾ, ਵੇਖੋ ਲਾਸਟ 'ਚ ਸਾਰਿਆਂ ਨੂੰ ਇਹ ਬੇਨਤੀ ਕਰਦਾ ਵੀ ਇਹ ਕੁੱਲੜ ਪੀਜਾ ਜਿਹੜਾ ਨਾ ਇਹ ਇਸ ਚੀਜ਼ ਇਹ ਤੁਹਾਡੀ ਸ਼ੁਰੂਆਤ ਆ, ਜੇ ਇੱਥੋਂ ਗਾਂਦਰਾ ਨਾ ਮੁੱਕਿਆ ਤੇ ਆਉਣ ਵਾਲੇ ਸਮੇਂ 'ਚ ਜੇ ਮਾਨ ਸਿੰਘ ਅਕਾਲੀ ਅੰਦਰ ਜਾਂਦਾ ਜਾਂ ਮਾਨ ਸਿੰਘ ਅਕਾਲੀ ਦੇ ਪਰਚਾ ਹੁੰਦਾ ਤੇ ਇਹ ਗੱਲ ਚੇਤਾ ਰੱਖਿਓ ਵੀ ਹਜੇ ਤੇ ਜਿਹੜਾ ਮਾੜਾ ਮੋਟਾ ਪੜਦਾ ਹੈਗਾ ਇਹਨਾਂ ਨੇ ਨੰਗੇ ਹੋ ਕੇ ਨੱਚਣਾ, ਤੇ ਉਹਦਾ ਨੁਕਸਾਨ ਸਭ ਤੋਂ ਵੱਡਾ ਆਉਣ ਵਾਲੀ ਫਸਲ ਨੂੰ ਤੇ ਨਸਲ ਨੂੰ ਹੋਣਾ। ਆਪਣੀ ਮਾਂ ਧਰਤੀ ਨੂੰ ਪਾਣੀ ਨੂੰ ਬਚਾਉਣਾ ਚਾਹੁੰਦੇ ਆ ਤੇ ਆਪਣੀ ਔਲਾਦ ਨੂੰ ਬਚਾਓ, ਜਿਨ੍ਹਾਂ ਵਾਸਤੇ ਧਰਤੀ ਨੂੰ ਬਚਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ।